ਕਦੀ ਵੀ ਕਿਸੇ ਨੂੰ ਅੰਦਾਜ਼ਾ ਲਾ ਕੇ ਬੁਲਾਉਣਾ ਨਹੀਂ ਛੱਡਣਾ ਚਾਹੀਦਾ। ਬਹੁਤ ਵਾਰ ਇੱਦਾਂ ਹੁੰਦੀ ਕਿ ਸਾਨੂੰ ਕਿਸੇ ਦੇ ਨਾਲ ਗੁੱਸਾ ਹੋ ਜਾਂਦਾ ਅਤੇ ਅਸੀਂ ਉਹਨੂੰ ਬੁਲਾਉਣਾ ਛੱਡ ਦਿੰਦੇ ਹਾਂ ਕਿ ਉਹਨੇ ਸਾਨੂੰ ਇੱਦਾਂ ਕਿਹਾ ਜਾਂ ਉਹਨੇ ਸਾਡੇ ਨਾਲ ਇੱਦਾਂ ਕੀਤੀ। ਪਰ ਕਿਆ ਤੁਸੀਂ ਕਦੇ ਆਪਣੇ ਆਪ ਨੂੰ ਉਹਦੀ ਜਗ੍ਹਾ 'ਤੇ ਰੱਖ ਕੇ ਦੇਖਿਆ ਕਿ ਉਹਨੇ ਇੱਦਾਂ ਕੀਤੀ ਕਿਉਂ ਹੈ? ਹੋ ਸਕਦਾ ਉਹਦੇ ਪਿੱਛੇ ਕੋਈ ਹੋਰ ਵਜ੍ਹਾ ਹੋਵੇ, ਜਾਂ ਹੋ ਸਕਦਾ ਉਸ ਇਨਸਾਨ ਨੂੰ ਇਹਨਾਂ ਚੀਜ਼ਾਂ ਦੀ ਕੋਈ ਸਮਝ ਹੀ ਨਾ ਹੋਵੇ ਜਿਸ ਕਰਕੇ ਉਹਨੇ ਤੁਹਾਡੇ ਨਾਲ ਇੱਦਾਂ ਕੀਤੀ। ਇੱਕ ਪਲ ਵਿੱਚ ਕੀਤੇ ਫੈਸਲੇ ਕਈ ਵਾਰ ਸਾਲਾਂ ਦਾ ਰਿਲੇਸ਼ਨ ਖਰਾਬ ਕਰ ਦਿੰਦੇ ਆ, ਅਤੇ ਉਸੇ ਪਲ ਵਿੱਚ ਜੇ ਤੁਸੀਂ ਉਸ ਦੂਜੇ ਬੰਦੇ ਦੀ ਜਗ੍ਹਾ 'ਤੇ ਰੋਕ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਸ਼ਾਇਦ ਰਿਜ਼ਲਟ ਕੋਈ ਹੋਰ ਹੀ ਨਿਕਲੇ।